welcom students ਸਾਡਾ ਅੱਜ ਦਾ ਟੌਪਿਕ ਐਕਸਪੀਰੀਐਂਟਲ ਲਰਨਿੰਗ ਦਾ ਟੌਪਿਕ ਹੈ ਜੀਵਨ ਲਈ ਸਿੱਖਿਆ ਅਤੇ ਜੀਵਨ ਰਾਹੀਂ ਸਿੱਖਿਆ ਇਹਦੀਆਂ ਵਿਸ਼ੇਸ਼ਤਾਵਾਂ ਦੇਖਾਂਗੇ ਅਸੀਂ ਜਿਦੇ ਨਾਲ ਸਾਨੂੰ ਪਤਾ ਲੱਗੂਗਾ ਕਿ ਇਹ ਹੁੰਦੀ ਕੀ ਆ এডੂਕੇਸ਼ਨ ਆਫ ਲਾਈਫ ਜ਼ਿੰਦਗੀ ਦੀ ਸਿੱਖਿਆ ਲੈਣੀ এডੂਕੇਸ਼ਨ ਥਰੂ ਲਾਈਫ ਜ਼ਿੰਦਗੀ ਰਾਹੀਂ ਸਿੱਖਿਆ ਲੈਣੀ ਤਾਂ ਇਹ ਟਾਪਿਕ ਆ ਸਾਡਾ ਇਹਦੇ ਵਿੱਚ ਪੁਆਇੰਟਸ ਨੇ ਸਾਡੇ ਕੋਲ ਸਭ ਤੋਂ ਪਹਿਲਾ ਪੁਆਇੰਟ ਆ ਜਿਹੜਾ ਵਿਸ਼ੇਸ਼ਤਾ ਹੈ ਕੀ ਸਿੱਖਿਆ ਦੀ ਕੀ ਵਿਸ਼ੇਸ਼ਤਾ ਹੈ ਹਾਰਮੋਨੀਅਸ ਡਿਵੈਲਪਮੈਂਟ ਆਫ ਪਰਸਨੈਲਿਟੀ ਸਖਸ਼ੀਅਤ ਦਾ ਸਦ ਭਾਵਨਾਤਮਕ ਵਿਕਾਸ ਚੌਥਾ ਤਰਫਾ ਵਿਕਾਸ ਅਸੀਂ ਕਹ ਦਿੰਨੇ ਆ ਸਖਸ਼ੀਅਤ ਦਾ ਤਾਂ ਮਹਾਤਮਾ ਗਾਂਧੀ ਦੇ ਜਿਵੇਂ ਤੁਸੀਂ এডਿਕੇਸ਼ਨ ਦੀ ਡੈਫੀਨੇਸ਼ਨ ਜਾਣਦੇ ਹੋ ਮਹਾਤਮਾ ਗਾਂਧੀ ਦੀ ਕਿ ਜਿਹੜੀ ਸਿੱਖਿਆ ਹੈ ਉਹ ਆਦਮੀ ਨੂੰ ਜਾਂ ਬੱਚੇ ਨੂੰ ਇਸ ਯੋਗ ਬਣਾਉਂਦੀ ਆ ਕਿ ਉਸ ਦਾ ਸੰਪੂਰਨ ਜਿਹੜਾ ਵਿਕਾਸ ਹੋ ਸਕੇ ਅ ਸਰੀਰ ਦਿਮਾਗ ਤੇ ਆਤਮਾ ਵਿੱਚ ਸਰਵੋਤਮ ਰੂਪ ਆ ਜਿਹੜਾ ਉਹ ਬਾਹਰ ਕੱਢਿਆ ਜਾ ਸਕੇ ਸਿੱਖਿਆ ਦਾ ਇਹ ਉਦੇਸ਼ ਸੈਕੰਡ ਪੁਆਇੰਟ ਹੈਗਾ ਸਾਡੇ ਕੋਲ ਸਮਾਜਿਕ ਤਬਦੀਲੀ ਲਈ ਰਵਈਏ ਪੈਦਾ ਕਰਨ ਲਈ ਟੂ ਕਲਟੀਵੇਟ ਐਸ ਐਟੀਟਿਊਡ ਫਾਰ ਸੋਸ਼ਲ ਚੇਂਜ ਜਿਹੜੇ ਜੀਵਨ ਦੇ ਅਨੁਭਵ ਨੇ ਉਹਨਾਂ ਦੁਆਰਾ ਜਿਹੜਾ ਵਿਅਕਤੀ ਆ ਉਹ ਸਿੱਖਦਾ ਏ ਅਨੁਭਵ ਕਰਦਾ ਏ ਕਿ ਹੌਣ ਵਾਲੀ ਪੀੜ੍ਹੀ ਲਈ ਸਮਾਜ ਦੇ ਵੱਖ-ਵੱਖ ਰਵਾਇਤੀ ਜਾਂ ਬੇਲੋੜੇ ਜਿਨ੍ਹਾਂ ਦਾ ਕੋਈ ਫਾਇਦਾ ਨਾ ਹੋਵੇ ਜਾਂ ਤੰਗ ਦ੍ਰਿਸ਼ਟੀਕੋਣ ਇਸ ਤਰ੍ਹਾਂ ਦੇ ਨਜ਼ਰੀਏ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਏ ਸਿੱਖਿਆ ਆਪਣੇ ਲਾਭਕਾਰੀ ਗੁਣਾ ਦੁਆਰਾ ਸਮਾਜ ਵਿੱਚ ਸਮਾਜਿਕ ਤਬਦੀਲੀ ਦੇ ਰਵੱਈਏ ਨੂੰ ਪੈਦਾ ਕਰਦੀ ਹੈ ਜਿਹੜੀ ਸਿੱਖਿਆ ਏ ਉਹਦੇ ਨਾਲ ਹੀ ਸੋਸ਼ਲ ਚੇਂਜ ਜਿਹੜੀ ਉਹ ਆਉਂਦੀ ਹੈ 3R super white reasonable skills for 3 hours 3r ਲਈ ਬਾਜ਼ਵ ਹੁਨਰ ਪ੍ਰਦਾਨ ਕਰਨ ਲਈ ਜਿਹੜੀ ਸਿੱਖਿਆ ਹੈ ਉਹ ਸਾਨੂੰ ਜ਼ਰੂਰੀ ਹੈ 3r ਕਿਹੜੇ ਹੁੰਦੇ ਨੇ ਸਿੱਖਿਆ ਤੱਕ ਪਹੁੰਚ ਲਿਖਣ ਤੇ ਹਿਸਾਬ ਕਿਤਾਬ ਕਰਨ ਇਹਦੀ ਪਹੁੰਚ ਨੂੰ 4h 4h ਦੇ ਵਿੱਚ ਹੈਡ ਹੈਲਥ ਹੈਂਡ ਐਂਡ ਹਾਰਟ ਚੇਂਜ ਹੋ ਗਈ ਸਿੱਖਿਆ ਫਰੋਮ 3 ਆਰਸ ਟੂ 4 ਐਚ ਤੱਕ ਸਿੱਖਿਆ ਜੇ ਹੁਨਰ ਪੈਦਾ ਕਰਦੀ ਇਸ ਤਰ੍ਹਾਂ ਸਕਿਲਸ ਪੈਦਾ ਕਰਦੀ ਹੈ ਜਿਹਦੇ ਨਾਲ ਜਿਹੜਾ ਤਰੱਕੀ ਦਾ ਰਸਤਾ ਹੈ ਉਹ ਖੁੱਲਦਾ ਜਾਂਦਾ ਹੈ ਸੱਭਿਆਚਾਰ ਪ੍ਰਤੀ ਪਿਆਰ ਪੈਦਾ ਕਰਨ ਲਈ ਸਿੱਖਿਆ ਜਿਹੜੀ ਉਹ ਜ਼ਿੰਦਗੀ ਭਰ ਲਈ ਹੁੰਦੀ ਆ ਟੂ ਡਿਵੈਲਪ ਲਵ ਫਾਰ ਕਲਚਰ ਆਪਣੇ ਜਿਹੜਾ ਸੱਭਿਆਚਾਰ ਆ ਉਸ ਲਈ ਪਿਆਰ ਪੈਦਾ ਕਰਨ ਲਈ ਹੁੰਦੀ ਆ ਸਿੱਖਿਆ ਹੋਰ ਜ਼ਿੰਦਗੀ ਦੇ ਵਿੱਚ ਕੀ ਕੰਮ ਕਰਦੀ ਆ ਰੋਜੀ ਰੋਟੀ ਕਮਾਉਣ ਜੋਗ ਬਣਾਉਂਦੀ ਆ ਵੋਕੇਸ਼ਨਲ ਐਫੀਸ਼ੀਐਂਸੀ ਟੂ ਅਰਨ ਲਿਵਲੀਹੂਡ ਤਾਂ ਜ਼ਿੰਦਗੀ ਲਈ ਸਿੱਖਿਆ ਵਿਅਕਤੀ ਨੂੰ ਸਮਾਜ ਵਿੱਚ ਪੇਸ਼ੇਵਰ ਕੁਸ਼ਲਤਾ ਲਈ ਤਿਆਰ ਕਰਦੀ ਹੈ ਅਜਿਹਾ ਹਨਰ ਵਿਅਕਤੀਆਂ ਵਿੱਚ ਸਵੈ ਸੰਤੰਤਰਤਾ ਨੂੰ ਉਤਸ਼ਾਹਿਤ ਕਰੇਗਾ ਤੇ ਸਿੱਖਿਆ ਦੁਆਰਾ ਵਰਕਰ ਤੇ ਪੇਸ਼ੇਵਰ ਕਲਾ ਨੂੰ ਸਮਾਜ ਵਿੱਚ ਪੈਦਾ ਕੀਤਾ ਜਾ ਸਕਦਾ ਹੈ ਇਸ ਤੋਂ ਬਾਅਦ ਸਵੱਛਤਾ ਤੇ ਸਫਾਈ ਦੀਆਂ ਆਦਤਾਂ ਦਾ ਵਿਕਾਸ ਕਰਨਾ ਟੂ ਡਿਵੈਲਪ ਹੈਬਿਟਸ ਆਫ ਕਲੀਨਲਨੈਸ ਐਂਡ ਹਾਈਜਨ ਸਮਾਜ ਚ ਰਹਿ ਕੇ ਜਿਹੜੇ ਵੱਖੋ ਵੱਖਰੇ ਮੁੱਦੇ ਨੇ ਉਹ ਉੱਭਰਦੇ ਨੇ ਜਿਹੜੇ ਸਮਾਜ ਦੀ ਭਲਾਈ ਨਾਲ ਸੰਬੰਧਿਤ ਹੁੰਦੇ ਨੇ ਵਿਅਕਤੀ ਸਮਾਜ ਚ ਸਾਫ ਸਫਾਈ ਤੇ ਕਦਰਾਂ ਕੀਮਤਾਂ ਨੂੰ ਜਾਗਰੂਕ ਕਰਕੇ ਜਹੀਆਂ ਸਮੱਸਿਆਵਾਂ ਨੂੰ ਵੀ ਹੱਲ ਕਰ ਸਕਦਾ ਏ ਤੇ ਅਜਿਹੀ ਪਹੁੰਚ ਦੁਆਰਾ ਕੁਦਰਤਾ ਪਾਲਣ ਪੋਸ਼ਣ ਹੁੰਦਾ ਹੈ ਮੀਨਸ ਸਵੱਛਤਾ ਤੇ ਸਫਾਈ ਦੀਆਂ ਆਤਾਂ ਦਾ ਵਿਕਾਸ ਕਰਨਾ ਜਿਹੜਾ ਉਹ ਜਿਹੜੀ এডਿਕੇਸ਼ਨ ਆਫ ਲਾਈਫ ਦੇ ਵਿੱਚ ਅਸੀਂ ਕਹਾਂਗੇ ਸਮਾਜ ਦੇ ਇੱਕ ਲਾਭਦਾਇਕ ਮੈਂਬਰ ਤੇ ਜ਼ਿੰਮੇਵਾਰ ਨਾਗਰਿਕ ਲਈ ਜਿਹੜੀ ਇਹ এডਿਕੇਸ਼ਨ ਆ ਉਹ ਬਹੁਤ ਜ਼ਰੂਰੀ ਆ ਇਹਦੀ ਇੱਕ ਵਿਸ਼ੇਸ਼ਤਾ ਹੈ ਕਿ ਵਿਅਕਤੀ ਨੂੰ ਸਮਾਜ ਦਾ ਇੱਕ ਲਾਭਦਾਇਕ ਮੈਂਬਰ ਤੇ ਜ਼ਿੰਮੇਵਾਰ ਨਾਗਰਿਕ ਬਣਾਉਂਦੀ ਆ ਅੱਗੇ ਹੈਗਾ ਜੀ ਸਾਡੇ ਕੋਲ ਸਥਾਨਿਕ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਮੱਸਿਆਵਾਂ ਬਾਰੇ ਜਾਗਰੂਕ ਹੋਣਾ ਟੂ ਵੀ ਅਵੇਅਰ ਅਬਾਊਟ ਲੋਕਲ ਨੈਸ਼ਨਲ ਇੰਟਰਨੈਸ਼ਨਲ ਪ੍ਰੋਬਲਮਸ ਤਾਂ ਇੱਥੇ ਜਿਹੜੇ ਜੀਵਨ ਦੁਆਰਾ ਸਿੱਖਿਆ ਜਿਹੜੀ ਉਹ ਵਿਦਿਆਰਥੀਆਂ ਨੂੰ ਵੱਖੋ-ਵੱਖਰੇ ਜਿਵੇਂ ਸਥਾਨਿਕ ਰਾਸ਼ਟਰੀ ਅੰਤਰਰਾਸ਼ਟਰੀ ਸਮੱਸਿਆਵਾਂ ਦਾ ਜਿਹੜਾ ਅਧਿਆਨ ਕਰਨ ਦੇ ਯੋਗ ਬਣਾਉਦੇ ਹਨ ਸਮਝਦੇ ਯੋਗ ਬਣਾਉਂਦੀ ਹੈ ਫਿਰ ਅੱਗੇ ਹੈਗਾ ਜੀ ਨੈਤਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਦਾ ਵਿਕਾਸ ਤੇ ਅਭਿਆਸ ਕਰਨਾ ਟੂ ਡਿਵੈਲਪ ਦਾ ਪ੍ਰੈਕਟਿਸ ਮੋਰਲ ਐਂਡ ਸੋਸ਼ਲ ਵੈਲਿਊਜ਼ ਸੋਸ਼ਲ ਦੇ ਮੋਰਲ ਵੈਲਿਊਜ਼ ਦੀ ਪ੍ਰੈਕਟਿਸ ਕਰਨੀ ਆਪਣੇ ਜਿਹੜੇ ਲਾਈਫ ਦੇ ਵਿੱਚ ਇਹਨਾਂ ਨੂੰ ਲੈ ਕੇ ਆਉਣਾ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਹੋਣਾ ਸੈਂਸਿਟਿਵ ਟੁਵਰਡਸ এনवायरमेंट ਸੰਵੇਦਨਸ਼ੀਲ ਹੋਣ ਦਾ ਮਤਲਬ ਇਹ ਹੁੰਦਾ ਕਿ ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚਾਉਣਾ ਸਿੱਖਿਆ ਰਾਹੀਂ ਹੀ ਅਸੀਂ ਅਨੁਭਵ ਕਰਦੇ ਆ ਮਹਿਸੂਸ ਕਰਦੇ ਆ ਕਿ ਵਾਤਾਵਰਨ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਫਿਰ ਡੀਪਰ ਅੰਡਰਸਟੈਂਡਿੰਗ ਹੁੰਦੀ ਆ ਡੂੰਗੀ ਸਮਝ ਸਿੱਖਿਆ ਦੁਆਰਾ ਜਿਹੜੀ ਆ ਉਹ ਸਾਡੀ ਬਣਦੀ ਆ ਤੇ ਵੱਖ-ਵੱਖ ਜਿਹੜੇ ਐਕਸਪੀਰੀਅੰਸ ਲੈ ਕੇ ਅਸੀਂ ਜ਼ਿੰਦਗੀ ਵਿੱਚ ਅੱਗੇ ਵਧਦੇ ਜਾਂਦੇ ਆ ਫਿਰ ਹੈਗਾ ਜ਼ਿੰਦਗੀ ਪ੍ਰਤੀ ਆਸ਼ਾਵਾਦੀ ਰਵਈਆ অপਟੀਮਿਸਟਿਕ ਐਟੀਟਿਊਡ ਟੁਵਰਡਸ ਲਾਈਫ ਜ਼ਿੰਦਗੀ ਵਾਲੀ ਜਿਹੜੀ ਸਿੱਖਿਆ ਜ਼ਿੰਦਗੀ ਪ੍ਰਤੀ ਆਸ਼ਾਵਾਦੀ ਰਵਈਆ ਕਾਇਮ ਰੱਖਦੀ ਹੈ ਸਾਡੇ ਚ ਅਸੀਂ ਤਰ੍ਹਾਂ-ਤਰ੍ਹਾਂ ਦੇ ਤਜਰਬੇ ਨੇ ਜਿਹੜੇ ਜ਼ਿੰਦਗੀ ਚ ਹਾਸਲ ਕਰਦੇ ਤੇ ਉਹਨਾਂ ਤੋਂ ਸਿੱਖਦੇ ਆ ਅੱਗੇ ਵਧਦੇ ਜਾਂਦੇ ਆ ਫਿਰ ਪ੍ਰੋਪਰ ਯੂਟਿਲਾਈਜੇਸ਼ਨ ਆਫ ਰਿਸੋਰਸਸ ਸਰੋਤਾਂ ਦੀ ਸਹੀ ਵਰਤੋਂ ਐਜੂਕੇਸ਼ਨ ਸਾਨੂੰ ਸਿਖਾਉਂਦੀ ਹੈ ਕਿ ਜਿਹੜੇ ਸਰੋਤਾਂ ਦੀ ਸਹੀ ਵਰਤੋਂ ਕਿਵੇਂ ਕਰਨੀ ਹੈ ਜੋ ਰਿਸੋਰਸਸ ਨੇ ਸਾਡੇ ਜਿਵੇਂ ਹਵਾ ਪਾਣੀ ਹਵਾ ਮਿੱਟੀ ਆਦਿ ਜਿਹੜੇ ਨੇ ਇਹਨਾਂ ਨੂੰ ਅਸੀਂ ਸਹੀ ਢੰਗ ਨਾਲ ਕਿਵੇਂ ਯੂਜ਼ ਕਰਨਾ ਤਾਂ ਜੋ ਸਾਡੇ ਸਮਾਜ ਦੇ ਵਿੱਚ ਇਨਾਂ ਦੀ ਘਾਟਨਾ ਹੋਵੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਸੁਰੱਖਿਅਤ ਰਹਿ ਸਕਣ ਕੁਦਰਤ ਵਿੱਚ ਸਵੈ ਪ੍ਰੇਰਣਾ 셀ਫ ਮੋਟੀਵੇਸ਼ਨਲ ਇਨ ਅ ਨੇਚਰ ਅਜਿਹੀ ਸਿੱਖਿਆ ਰਾਹੀਂ ਅਧਿਆਪਕ ਵਿਦਿਆਰਥੀਆਂ ਨੂੰ ਸਮਾਜ ਵਿੱਚ ਜਿਉਂਦੇ ਰਹਿਣ ਲਈ ਕਲਾ ਤੇ ਸਵੈ ਪ੍ਰੇਰਣਾ ਦਾ ਇੱਕ ਕਾਰਜ ਲਈ ਉਤਸ਼ਾਹਿਤ ਕਰਦੇ ਹਨ ਇਹ ਪਵਿੱਖ ਦੇ ਸੁਧਾਰ ਵਿੱਚ ਕੁਦਰਤ ਵਿੱਚ ਰਚਨਾਤਮਕ ਹੁੰਦੀ ਹੈ ਜਿਹੜੀ ਨੇਚਰ ਆ ਉਹਦੇ ਵਿੱਚ ਸੈਲਫ ਮੋਟੀਵੇਸ਼ਨਸ ਹੁੰਦੀਆਂ ਨੇ ਆਪਣੇ ਆਪ ਨੂੰ ਅਸੀਂ ਪ੍ਰੇਰਿਤ ਕਰ ਸਕਦੇ ਹਾਂ ਕੁਦਰਤ ਤੋਂ ਤਾਂ ਇਸ ਤਰ੍ਹਾਂ ਦੀ ਸਿੱਖਿਆ ਸਾਨੂੰ ਜ਼ਿੰਦਗੀ ਨਾਲ ਜੋੜਦੀ ਆ ਪਰਿਪੱਕਤਾ ਪੱਧਰ ਨੂੰ ਮਜ਼ਬੂਤ ਕਰਨਾ ਮੈਚਿਓਰਿਟੀ ਲੈ ਕੇ ਆਉਣੀ ਮੈਚਿਓਰਿਟੀ ਨੂੰ ਮਜ਼ਬੂਤ ਕਰਨਾ ਪਰਿਪੱਕਤਾ ਨੂੰ ਮਜ਼ਬੂਤ ਕਰਨਾ ਤਾਂ ਸਿੱਖਿਆ ਹੈ ਜਿਹੜੀ ਉਹਦੇ ਨਾਲ ਅਸੀਂ ਬਹੁਤ ਕੁਝ ਸਿੱਖਦੇ ਹਾਂ ਤਾਂ ਪਰਿਪੱਕਤਾ ਦਾ ਪੱਧਰ ਵਧਾਉਂਦੀ ਆ ਅਗਾਹ ਵੱਧੂ ਸੋਚ ਲੈ ਕੇ ਆਉਂਦੀ ਆ ਸਿੱਖਿਆ ਸ਼ਿੱਖਿਆ ਕਲਾ ਜੀਵਨ ਕਲਾਏ ਆਰਟ ਆਫ ਲੀਵਿੰਗ ਵੱਖ-ਵੱਖ ਤਜਰਬਿਆਂ ਰਾਹੀਂ ਜਿਹੜਾ ਆਰਟ ਆਫ ਲੀਵਿੰਗ ਸਾਨੂੰ ਆਉਂਦਾ ਏ ਹੋਰ ਅਸੀਂ ਕੀ ਕਹਿ ਸਕਦੇ ਆ ਪ੍ਰੋਪਰ ਅਡਜਸਟਮੈਂਟ ਇਨ ਵੇਰੀਡ ਲਾਈਫ ਐਕਸਪੀਰੀਐਂਸਿਸ ਵੱਖ-ਵੱਖ ਤਜਰਬਿਆਂ ਵਿੱਚ ਵੱਖ-ਵੱਖ ਜਿਹੜੇ ਐਕਸਪੀਰੀਐਂਸ ਨੇ ਉਹਨਾਂ ਦੀ ਪ੍ਰੋਪਰ ਅਡਜਸਟਮੈਂਟ ਆਫ ਸਿਸਟੇਮੈਟਿਕ ਅਡਜਸਟਮੈਂਟ ਸਿੱਖਿਆ ਏ ਅੱਗੇ ਹੈਗੀ ਸਵੈ-ਸਤੰਤਰਤਾ ਸਿੱਖਿਆ ਜੀਵਨ ਲਈ ਸਿੱਖਿਆ ਜਿਹੜੀ ਵਿਅਕਤੀ ਨੂੰ ਸਵੈ-ਸਤੰਤਰ ਬਣਾਉਂਦੀ ਹੈ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਯੋਗ ਬਣਾਉਂਦੀ ਹੈ ਕਿਸੇ ਤੇ ਡਿਪੈਂਡ ਨਹੀਂ ਰਹਿੰਦਾ ਵਿਅਕਤੀ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਟੂ ਫੇਸ ਚੈਲੰਜਸ ਆਫ ਲਾਈਫ ਸਿੱਖਿਆ ਜਿਹੜੀ ਉਹ ਚੰਗੇ-ਕੌੜੇ ਅਨੁਭਵ ਦੇ ਕੇ ਵਿਅਕਤੀ ਨੂੰ ਜ਼ਿੰਦਗੀ ਦੀਆਂ ਸੱਚਾਈਆਂ ਦੇ ਰੂਬਰੂ ਕਰਾਉਂਦੀ ਆ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਸਿਖਾਉਂਦੀ ਆ ਸਮਾਜ ਸੇਵਾ ਸੋਸ਼ਲ ਸਰਵਿਸ ਵੀ ਸਿਖਾਉਂਦੀ ਆ ਸਿੱਖਿਆ ਤਾਂ ਜਿਹੜੀ ਜੀਵਨ ਲਈ ਸਿੱਖਿਆ ਏ ਉਹਦੇ ਵਿੱਚ ਅਸੀਂ ਸਮਾਜ ਦੇ ਵਿੱਚ ਰਹਿੰਦੇ ਹੋਏ ਸਮਾਜ ਦੇ ਨਾਲ ਤਾਲਮੇਲ ਬਿਠਾਉਂਦੇ ਆ ਅਡਜਸਟਮੈਂਟ ਕਰਦੇ ਆ ਤੇ ਉਸ ਦੀ ਸਰਵਿਸ ਕਰਦੇ ਆ ਜਿਵੇਂ ਅਸੀਂ ਕਹਿੰਦੇ ਕਿ ਸਮਾਜ ਨੂੰ ਅਸੀਂ ਸੇਧ ਦੰਨੇ ਆ ਕੰਮ ਦਾ ਤਜਰਬਾ ਵਰਕ ਐਕਸਪੀਰੀਅੰਸ ਦਾ ਕੰਮ ਦੇ ਤਜਰਬੇ ਲਈ ਭਾਸ਼ਣ ਤੇ ਇਸ਼ਾਰਿਆਂ ਦੁਆਰਾ ਸੰਚਾਰ ਕਰਨਾ ਜਿਹੜਾ ਉਹ ਆਉਂਦਾ ਏ ਆਤਮ ਵਿਸ਼ਵਾਸ ਪਰਦਾ ਏ ਜਿਹੜਾ ਭਾਸ਼ਣ ਵਿਦਿਆਰਥੀਆਂ ਦੇ ਵਿੱਚ ਬੋਲਣ ਦੀ ਕਲਾ ਏ ਤਾਂ ਜੀਵਨ ਲਈ ਸਿੱਖਿਆ ਵਿੱਚ ਰਸਮੀ ਦੇ ਗੈਰ ਰਸਮੀ ਤਜਰਬੇ ਸ਼ਾਮਿਲ ਹੁੰਦੇ ਹਨ ਰਸਮੀ ਤੇ ਗੈਰ ਰਸਮੀ ਦੋ ਤਰ੍ਹਾਂ ਦੇ ਵਿਦਿਆਰਥੀ ਸਿੱਖਿਆ ਦੀ ਪ੍ਰਕਿਰਿਆ ਦੁਆਰਾ ਬੱਚੇ ਦੇ ਵਿਵਹਾਰ ਨੂੰ ਬਦਲਣ ਤੇ ਕੰਮਾਂ ਦੀ ਵਫਾਦਾਰੀ ਸਚਾਰੂ ਢੰਗ ਨਾਲ ਕਰਨ ਵਿੱਚ ਰੁਚੀ ਰੱਖਦੇ ਹਨ ਤਾਂ ਇਸ ਲਈ ਜਿਹੜੀ ਇਹ ਸਿੱਖਿਆ ਹੈ ਉਹ ਜ਼ਿੰਦਗੀ ਪਰ ਚਲਦੀ ਰਹਿੰਦੀ ਹੈ ਤੇ ਜ਼ਿੰਦਗੀ ਲਈ ਹੁੰਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਫਿਰ ਮਿਲਦੇ ਆ ਨੈਕਸਟ ਇਸੇ ਟਾਪਿਕ ਦੇ ਵਿੱਚ ਅੱਗੇ ਜਿਹੜਾ ਤੁਹਾਡਾ ਹੈਗਾ ਇਹ ਕਰੀਕੂਲਮ ਬਲ ਉਹ ਡਿਸਕਸ ਕਰਾਂਗੇ ওকে ਥੈਂਕਸ